ਇੱਥੇ ਇਹ ਗਲੀ ਜੋ ਢਿੱਲੋ ਫਾਰਮ ਵਾਲੀ ਪੂਰੀ ਸੀਲ ਕਰ ਦਿੱਤੀ ਗਈ ਹੈ। ਇੱਥੇ ਕਰੋਨਾ ਵਾਇਰਸ ਦਾ ਮਰੀਜ਼ ਮਿਲਿਆ ਜੋ ਪੋਜ਼ਿਟਿਵ, ਉਸਦੀ ਰਿਪੋਰਟ ਪਾਈ ਗਈ ਹੈ। ਤੁਸੀਂ ਦੇਖ ਸਕਦੇ ਤਸਵੀਰਾਂ, ਇੱਥੇ ਨਵਾਂ ਗਰਾਉਂ ਪੂਰਾ ਸੀਲ ਕਰ ਦਿੱਤਾ ਹੈ। ਡਾਕਟਰਾਂ ਦੇ ਅੰਦਰ ਟੀਮ ਗਈ ਹੋਈ ਹੈ ਅਤੇ ਸਾਨੂੰ ਅੰਦਰ ਹਾਲੇ ਵੜ ਨਹੀਂ ਦਿੱਤਾ ਜਾ ਰਿਹਾ। ਤੁਹਾਨੂੰ ਦਿਖਾ ਦਿੰਦੇ ਹਾਂ, PGI ਵਿੱਚ ਉਹ ਮਰੀਜ਼ ਐਡਮਿਟ ਹੈ ਅਤੇ ਉਹਦੀ ਰਿਪੋਰਟ ਹੈ ਜੋ ਪੋਜ਼ਿਟਿਵ ਆਈ ਹੈ, ਅਤੇ ਉਹਨਾਂ ਦੇ ਜਿਹੜੇ ਹੋਰ ਨਾਲ ਸੰਬੰਧੀ ਨੇ ਉਹਨਾਂ ਦੇ ਵੀ ਟੈਸਟ ਲਿੱਤੇ ਜਾ ਰਹੇ ਹਨ, ਸੈਂਪਲ ਲਿੱਤੇ ਜਾ ਰਹੇ ਹਨ ਕਿ ਕਿਸ ਕਿਸ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਦਿਨੋ ਦਿਨ ਵੱਧਦੀ ਗਿਣਤੀ ਜਾ ਰਹੀ ਹੈ ਕਰੋਨਾ ਵਾਇਰਸ ਵਾਲਿਆਂ ਦੀ। ਇੱਥੇ ਬਹੁਤ ਅਵੇਅਰ ਹੋਣ ਦੀ ਲੋੜ ਹੈ ਨਵੇਂ ਗਰਾਉਂ, ਖਾਸ ਕਰ ਜਿਹੜੇ ਇੱਥੇ ਲੋਕ ਰਹਿੰਦੇ ਨੇ ਕਿਰਾਏਦਾਰ ਚਾਹੇ ਇੱਥੋਂ ਦੇ ਵਸਿੰਦੇ, ਉਹਨਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਤੁਹਾਡੇ ਨਿਆਂ ਗਾਉਂ 'ਚ ਨਵਾਂ ਕੇਸ ਇੱਕ ਕਰੋਨਾ ਵਾਇਰਸ ਦਾ ਆਇਆ, ਅਤੇ ਜਿਹੜੇ ਨੇੜਲੇ ਪਿੰਡ ਆ ਉਹਨਾਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਆਪਣੇ ਚੈਨਲ ਰਾਹੀਂ ਕਿ ਤੁਸੀਂ ਇਸ ਬਿਮਾਰੀ ਨੂੰ ਬਹੁਤ ਹੀ ਮਜ਼ਾਕ ਵਿੱਚ ਲੈ ਰਹੇ ਹੋ। ਤੁਹਾਡੇ ਸਾਹਮਣੇ ਤੁਹਾਡੇ ਨੇੜੇ ਇਹ ਕੇਸ ਆ ਚੁੱਕਾ ਹੈ, ਬਹੁਤ ਅਵੇਅਰ ਹੋਣ ਦੀ ਲੋੜ ਹੈ। ਦੇਖ ਸਕਦੇ ਤਸਵੀਰਾਂ, ਚਾਰੋਂ ਤਰਫ ਪੁਲਿਸ ਨੇ ਬੈਰੀਕੇਡਿੰਗ ਕਰ ਦਿੱਤੀ ਹੈ, ਵੜ ਨਹੀਂ ਦੇ ਰਹੇ ਕਿਸੇ ਨੂੰ। ਸਾਨੂੰ ਮੀਡੀਆ ਵਾਲਿਆਂ ਨੂੰ ਵੀ ਅੰਦਰ ਜਾਣ ਦਾ ਅਲਾਊਡ ਨਹੀਂ, ਪਰ ਅਸੀਂ ਤੁਹਾਨੂੰ ਬਾਹਰੋਂ ਤਸਵੀਰਾਂ ਦਿਖਾ ਰਹੇ ਹਾਂ ਕਿ ਚਾਰੋਂ ਤਰਫ ਇਹਨਾਂ ਨੇ ਬੰਦ ਕਰ ਦਿੱਤਾ ਹੈ, ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇੱਥੇ ਦੇ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਘਰਾਂ 'ਚ ਰਹਿਣ, ਜਿੱਥੇ ਕਿ ਪੰਜਾਬ ਸਰਕਾਰ ਨੇ ਕਰਫਿਊ ਦਾ ਐਲਾਨ ਕੀਤਾ ਹੋਇਆ, ਪੁਲਿਸ ਵੀ ਬੜੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ, ਅਤੇ ਜਿਹੜੇ ਲੋਕ ਹਜੇ ਵੀ ਘਰਾਂ ਤੋਂ ਬਾਹਰ ਫਿਰ ਰਹੇ ਨੇ ਉਹਨਾਂ ਨੂੰ ਸਾਡੇ ਨਿਊਜ਼ ਰਾਹੀਂ, ਮਾਧਿਅਮ ਰਾਹੀਂ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਘਰ ਦੇ ਅੰਦਰ ਰਹੋ ਅਤੇ ਇਸ ਭਿਆਨਕ ਬਿਮਾਰੀ ਤੋਂ ਤਵੀ ਬਚਾਅ ਹੋ ਸਕਦਾ ਹੈ। ਅੱਜ ਇੱਥੇ ਬੈਰੀਕੇਡਿੰਗ ਕੀਤੀ ਹੋਈ ਹੈ, ਨਵਾਂ ਗਰਾਉਂ ਸੀਲ ਕੀਤਾ, ਉਹਨਾਂ ਤੋਂ ਪੁੱਛ ਲੈਂਦੇ ਹਾਂ ਕਿ ਕਿੰਨੇ ਕੁ ਵਜੇ ਇਹ ਕੇਸ ਉਹਨਾਂ ਨੂੰ ਪਤਾ ਲੱਗਿਆ ਕਿ ਕਦੋਂ ਉਹਨਾਂ ਨੇ ਪੂਰਾ ਨਵਾਂ ਗਰਾਉਂ ਸੀਲ ਕੀਤਾ। ਸਰ, ਜਿਵੇਂ ਕਰੋਨਾ ਵਾਇਰਸ ਦਾ ਜੋ ਮਰੀਜ਼ ਇੱਥੇ ਨਵੇਂ ਗਰਾਉਂ 'ਚ ਪਾਇਆ ਗਿਆ ਹੈ, ਕਦੋਂ ਕੁ ਤੁਹਾਨੂੰ ਪਤਾ ਲੱਗਿਆ ਜੀ? ਕਦੋਂ ਸਵੇਰੇ ਪਤਾ ਲੱਗਿਆ ਜੀ? ਕਿੰਨੇ ਕੁ ਵਜੇ ਕਰੀਬ? 5-6 ਵਜੇ ਦੇ ਕਰੀਬ। ਉਸ ਟਾਈਮ ਬਲੌਕ ਕਰਤਾ ਸੀ ਨਾਲ ਦੀ ਨਾਲ, ਪਬਲਿਕ ਨੂੰ ਦੱਸ ਰਹੇ ਹਾਂ ਵੀ ਕੋਈ ਵੀ ਘਰਾਂ ਦੇ ਬਾਹਰ ਨਾ ਨਿਕਲੇ, ਅਤੇ ਪਰ ਵਾਰ ਵਾਰ ਜਿਹੜੀ ਹੈ ਪਬਲਿਕ ਬਾਹਰ ਆ ਰਹੀ ਹੈ। ਅਤੇ ਇਹ ਇਹਨਾਂ ਦੀ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ ਹੈ, ਉਹ ਪੋਜ਼ਿਟਿਵ ਆ। ਤੁਸੀਂ ਦੇਖ ਸਕਦੇ ਹੋ ਪੋਜ਼ਿਟਿਵ ਰਿਪੋਰਟ ਆਈ ਹੈ, ਅਤੇ ਬਾਕੀ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਹੈ ਜਾਂ ਜਿਹੜੇ ਨੇੜੇ ਰਹਿੰਦੇ ਹਨ ਉਹਨਾਂ ਦੇ ਡਾਕਟਰ ਕੋਈ ਸੈਂਪਲ ਵਗੈਰਾ ਲੈਣ ਆਏ ਹੋਏ? ਹਾਂ, ਟੀਮਾਂ ਆਈਆਂ ਹੋਈਆਂ ਨੇ, ਸਵੇਰ ਦੀਆਂ 8 ਵਜੇ ਦੀਆਂ ਟੀਮਾਂ ਆਈਆਂ ਹੋਈਆਂ ਨੇ, ਉਸ ਟਾਈਮ ਟੀਮਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਤੁਸੀਂ ਦੇਖ ਸਕਦੇ ਹੋ ਕਿ ਮਾਰਨਿੰਗ ਤੋਂ ਹੀ ਜਦੋਂ ਤੋਂ ਇਤਲਾਹ ਮਿਲੀ ਹੈ ਕਿ ਇੱਥੇ ਪੋਜ਼ਿਟਿਵ ਕੇਸ ਪਾਇਆ ਗਿਆ ਕਰੋਨਾ ਵਾਇਰਸ ਦਾ, ਉਦੋਂ ਤੋਂ ਹੀ ਪੁਲਿਸ ਨੇ ਬੈਰੀਕੇਡਿੰਗ ਕਰ ਦਿੱਤੀ ਹੈ, ਨਵਾਂ ਗਰਾਉਂ ਪੂਰਾ ਸੀਲ ਕਰ ਦਿੱਤਾ ਹੈ। ਅਤੇ ਤੁਸੀਂ ਦੇਖ ਸਕਦੇ ਹੋ SDM ਖਰੜ ਤੋਂ ਮੌਕੇ 'ਤੇ ਪਹੁੰਚੇ ਹਨ, ਉਹਨਾਂ ਤੋਂ ਪੁੱਛਦੇ ਹਾਂ ਕਿ ਜਿਹੜਾ ਇਹ ਮਰੀਜ਼ ਮਿਲਿਆ ਕਰੋਨਾ ਵਾਇਰਸ ਦਾ ਪੋਜ਼ਿਟਿਵ ਮਰੀਜ਼ ਪਾਇਆ ਗਿਆ, ਕਿ ਕਿਸ ਤਰੀਕੇ ਨਾਲ ਹੋਰ ਟੀਮਾਂ ਹੁਣ ਇੱਥੇ ਆ ਕੇ ਜਿਹੜੇ ਉਹਨਾਂ ਦੇ ਘਰ ਦੇ ਮੈਂਬਰ ਉਹਨਾਂ ਦੇ ਟੈਸਟ ਵਗੈਰਾ ਤੈਨੂੰ ਸੈਂਪਲ ਵਗੈਰਾ ਲੈ ਰਹੇ? ਬਿਲਕੁਲ, ਸਾਡੀ ਮੈਡੀਕਲ ਦੀ ਟੀਮ ਸਾਰੀ ਉੱਥੇ ਹੀ ਹੈ, SMO ਸਾਹਿਬ ਵੀ ਉੱਥੇ ਨੇ, DMC ਵੀ ਉੱਥੇ ਨੇ, ਔਰ SMO ਸਾਹਿਬ ਵੀ ਉੱਥੇ ਨੇ, ਐਂਡ ਦੇ ਆਰ ਟਰੈਕਿੰਗ ਦੀ ਮੂਵਮੈਂਟ ਆਫ ਦੀ ਪਰਸਨ, ਐਂਡ ਉਸ ਸਾਰੀ ਹਿਸਟਰੀ ਵਗੈਰਾ ਲੈ ਰਹੇ ਨੇ, ਔਰ ਉਹਨੂੰ ਪੂਰਾ ਲੁੱਕਆਊਟ ਤੁਸੀਂ ਕੀਤਾ, ਸਾਰਾ ਬੋਰਡਰ ਦੇ ਘਰ ਦੇ ਆਲੇ ਦੁਆਲੇ ਸਾਰਾ ਸੀਲ ਹੋ ਚੁੱਕਿਆ। ਤਾਂ ਵੀ ਆਰ ਟੇਕਿੰਗ ਐਡੀਕੁਏਟ ਪ੍ਰੀਕੋਸ਼ਨ, ਜੋ ਗਵਰਨਮੈਂਟ ਨੇ ਗਾਈਡਲਾਈਨ ਜਿੰਨੇ ਵੀ ਹਦਾਇਤਾਂ ਇਸ਼ੂ ਕੀਤੀ ਹੋਈਆਂ ਅਸੀਂ ਸਾਰੇ ਉਹਦੇ ਹਿਸਾਬ ਨਾਲ ਹੀ ਕੰਮ ਕਰ ਰਹੇ ਹਾਂ। ਤੁਹਾਨੂੰ ਲੱਗਦਾ ਕਿ ਲੋਕਾਂ 'ਚ ਹਾਲੇ ਵੀ ਅਵੇਅਰਨੈਸ ਦੀ ਕਮੀ ਹੈ ਕਿ ਜਿਸ ਤਰੀਕੇ ਨਾਲ ਇਹ ਮਰੀਜ਼ ਮਿਲਿਆ ਹੈ ਪੋਜ਼ਿਟਿਵ ਇੰਨੀ ਪਬਲਿਕ ਏਰੀਏ 'ਚ, ਤੁਹਾਨੂੰ ਲੱਗਦਾ ਕਿ ਲੋਕਾਂ 'ਚ ਹਾਲੇ ਵੀ ਅਵੇਅਰਨੈਸ ਦੀ ਕਮੀ ਹੈ? ਲੋਕਾਂ ਦੇ ਵਿੱਚ ਅਵੇਅਰਨੈਸ ਹੈਗੀ ਹੈ, ਲੇਕਿਨ ਫਿਰ ਵੀ ਲੋਕ ਇਹਨੂੰ ਲਾਈਟਲੀ ਲੈ ਰਹੇ ਹਨ, ਬਿਕੋਜ਼ ਕਿਉਂਕਿ ਇਨਵਿਜ਼ੀਬਲ ਹੈਗਾ, ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਕੋਲ, ਮਤਲਬ ਇਹ ਲੋਕਾਂ ਨੂੰ ਲੱਗਦਾ ਵੀ ਸਾਨੂੰ ਨਹੀਂ ਹੋ ਸਕਦਾ, ਸਾਡੀ ਇਮਿਊਨਿਟੀ ਬੜੀ ਸਟਰੋਂਗ ਹੈਗੀ ਹੈ। ਲੇਕਿਨ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਤੁਸੀਂ ਆਪਣੇ ਘਰੇ ਰਹੋ ਔਰ ਸੁਰੱਖਿਅਤ ਰਹੋ। ਕਿੰਨੇ ਕੁ ਮਰੀਜ਼ਾਂ ਦੀ ਆਸ਼ੰਕਾ ਹੋ ਸਕਦੀ ਹੈ ਕਿ ਜਿਹੜੇ ਇਹਨਾਂ ਦੇ ਸਰਕਲ 'ਚ ਆਉਣਗੇ ਕਿ ਹਾਂ ਜਿਹੜੇ ਪੋਜ਼ਿਟਿਵ ਰਿਪੋਰਟ ਆ ਸਕਦੀ ਹੈ? ਹਾਲੇ ਕੁਛ ਵੀ ਨਹੀਂ ਕਿਹਾ ਜਾ ਸਕਦਾ, ਹਾਲੇ ਤੋਂ ਇੱਕੋ ਹੀ ਪੋਜ਼ਿਟਿਵ ਆਇਆ, ਜਦੋਂ ਵੀ ਸਾਨੂੰ ਕੋਈ ਹੋਰ ਰਿਪੋਰਟ ਮੈਡੀਕਲ ਟੀਮ ਵੱਲੋਂ ਆਏਗੀ ਅਸੀਂ ਤੁਹਾਨੂੰ ਦੇ ਦਾਂਗੇ। ਇੱਥੇ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ? ਜਨਤਾ ਨੂੰ ਹੀ ਅਪੀਲ ਹੈ ਵੀ ਤੁਸੀਂ ਆਪਣੇ ਘਰਾਂ 'ਚ ਰਹੋ, ਇਹ ਕੋਈ ਮਤਲਬ ਸਰਕਾਰ ਨੇ ਜਿਹੜੀ ਵੀ ਹਦਾਇਤਾਂ ਦਿੱਤੀਆਂ, ਕੁਛ ਸੋਚ ਸਮਝ ਕੇ ਦਿੱਤੀ ਹੈ, ਪਲੀਜ਼ ਇਹਨੂੰ ਥੋੜ੍ਹੀ ਤੁਸੀਂ ਸੀਰੀਅਸਲੀ ਲਓ, ਅਤੇ ਆਪਣੇ ਬੱਚਿਆਂ ਨੂੰ ਵੀ ਸੇਫ ਰੱਖੋ, ਆਪਣੇ ਮਾਪਿਆਂ ਨੂੰ ਵੀ ਸੇਫ ਰੱਖੋ, ਤੁਸੀਂ ਵੀ ਆਪਣੇ ਘਰੇ ਰਹੋ। ਜਿਹੜੇ ਨਜ਼ਦੀਕ ਦੇ ਥਾਣੇ ਨੇ ਜਿਵੇਂ ਮੁੱਲਾਂ ਪਰ, ਗਰੀਬਦਾਸ ਹੈ, ਖਰੜ ਹੈ, ਚਾਹੇ ਹੋਰ ਪਾਸੇ ਦੀਆਂ ਨਵਾਂ ਗਰਾਉਂਦ ਹੈ, ਉਹਨਾਂ ਨੂੰ ਸਖਤ ਹਦਾਇਤਾਂ ਦੇ ਚੁੱਕੇ ਹੋਏ ਇਸ ਬਾਰੇ ਕਿ ਹਾਂ ਪਿੰਡਾਂ ਜਿਵੇਂ ਲੋਕ ਅਵੇਅਰਨੈਸ ਘੱਟ ਹੈ, ਲੋਕ ਹਾਲੇ ਵੀ ਸੱਥਾਂ 'ਚ ਬੈਠੇ ਨੇ? ਬਿਲਕੁਲ, ਅਸੀਂ ਜਾ ਕੇ ਸਾਰਿਆਂ ਨੂੰ, DSP ਸਾਹਿਬ ਨੂੰ, ਸਾਰਿਆਂ ਨੂੰ ਅਸੀਂ ਬਿਲਕੁਲ ਸਖਤ ਹਦਾਇਤਾਂ ਸਾਰੇ ਮਹਿਕਮੇ ਵੱਲੋਂ ਦਿੱਤੀ ਜਾ ਰਹੀ ਹੈ, ਅਤੇ ਉਹ ਬਿਲਕੁਲ ਹੁਣ ਜ਼ੀਰੋ ਟੋਲਰੈਂਸ ਪੋਲਸੀ ਹੈ, ਜੇਕਰ ਵੀ ਬਿਨਾਂ ਕੋਈ ਮਤਲਬ ਦੇ ਬੰਦਾ ਇੱਧਰ ਉੱਧਰ ਤੁਰਿਆ ਫਿਰਦਾ ਹੈ, ਤਾਂ ਉਹਨੂੰ ਅਸੀਂ ਬਿਲਕੁਲ ਵੀਲ ਟੇਕ ਲੀਗਲ ਐਕਸ਼ਨ ਅਗੇਂਸਟ ਹਿਮ। ਤੁਸੀਂ ਦੇਖ ਸਕਦੇ ਹੋ SDM ਖਰੜ ਤੋਂ ਮੌਕੇ 'ਤੇ ਪਹੁੰਚੇ, ਇਹਨਾਂ ਨੇ ਮੌਕਾ ਸੰਭਾਲਿਆ, ਮੌਕਾ ਦੇਖਿਆ ਕਿ ਕਿਸ ਤਰੀਕੇ ਨਾਲ ਇੱਥੇ ਮਰੀਜ਼ ਜੋ ਕਰੋਨਾ ਵਾਇਰਸ ਦਾ ਮਿਲਿਆ, ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਹੋਰ ਵੀ ਜਿਹੜੇ ਉਹਨਾਂ ਦੇ ਸਰਕਲ 'ਚ ਬੰਦੇ ਸੀ ਉਹਨਾਂ ਦੀਆਂ ਰਿਪੋਰਟਾਂ ਪੋਜ਼ਿਟਿਵ ਆ ਸਕਦੀਆਂ ਹਨ, ਪਰ ਹਜੇ ਡਾਕਟਰਾਂ ਦੀ ਟੀਮਾਂ ਸੈਂਪਲ ਭੇਜ ਚੁੱਕੀ ਹੈ PGI, ਰਿਪੋਰਟ
ईओ साहब नाल गल कर लैने कि किस तरीके नाल तुहानूं जदों पता लग्गिया कि इह इत्थे मरीज़ मिलिया है, उस तों बाद की कारवाई तुसीं शुरू कीती? साडे वल्लों जिहड़ी पुलिस वल्लों जो मंग कीती गई कि सारे एरिए नूं अपना सैनिटाइज कीता होया कि नहीं कीता, उहनां वल्लों पुछिया गया, साडे वल्लों सैनिटाइज कीता होया सी, सारा एरिया कीता होया, ਅਤੇ ਫਿਰ ਵੀ ਜੋ ਹੋਰ ਪ੍ਰੀਕਾਸ਼ਨਸ ਲੈਣ ਵਾਸਤੇ ਜੋ ਵੀ ਐਸ ਡੀ ਐਮ ਸਾਹਿਬ ਨੇ ਜਿਵੇਂ ਕਿਹਾ, ਜੋ ਹੋਰ ਕਹਿਣਗੇ ਜਿਸ ਤਰ੍ਹਾਂ ਸਾਨੂੰ ਹਦਾਇਤਾਂ ਆਉਣਗੀਆਂ ਸਰਕਾਰ ਵੱਲੋਂ, ਉਹ ਅਸੀਂ ਉਹਨਾਂ ਦੀ ਪੂਰੀ ਪਾਲਣਾ ਕੀਤੀ ਜਾਏਗੀ। ਅਤੇ ਲੋਕਾਂ ਨੂੰ ਪੂਰੇ ਜਾਗਰੂਕ ਕਰ ਰਹੇ ਹਾਂ ਆਪਾਂ, ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਰੱਖੋ ਕਿ ਬਈ ਘਰੋਂ ਬਾਹਰ ਨਾ ਨਿਕਲਿਆ ਜਾਵੇ, ਇੱਥੇ ਹੀ ਆਪਣੇ ਘਰੋਂ ਘਰ ਹੀ ਜਿਹੜੇ ਤੁਹਾਨੂੰ ਸਮਾਨ ਜਿਹੜਾ ਅਸੀਂ ਪ੍ਰੋਵਾਈਡ ਕਰਵਾ ਰਹੇ। ਤੁਹਾਨੂੰ ਲੱਗਦਾ ਜਿਸ ਤਰੀਕੇ ਨਾਲ ਇੱਥੇ ਨਵਾਂ ਗਰਾਉਂ 'ਚ ਆਬਾਦੀ ਜ਼ਿਆਦਾ ਹੈ ਅਤੇ ਬਾਹਰੋਂ ਕਿਰਾਏਦਾਰ ਵੀ ਜ਼ਿਆਦਾ ਰਹਿ ਰਹੇ ਹੈ, ਇੱਥੇ ਹਰ ਤਰ੍ਹਾਂ ਦੇ ਹਰ ਵਰਗ ਦਾ ਲੋਕ ਰਹਿ ਰਿਹਾ ਹੈ, ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਕੇਸ ਪੋਜ਼ਿਟਿਵ ਆਉਣ ਦੀ ਸ਼ੰਕਾ ਹੈ? ਨਹੀਂ, ਇਹ ਵੀ ਇੱਕ ਜਿਹੜਾ ਜਿਹੜੇ ਸਾਨੂੰ ਪਹਿਲੇ ਇੱਥੇ 27 ਜਿਹੜੇ ਨੇ ਅਸੀਂ ਬਾਹਰੋਂ ਦੀ ਫੋਰਨ ਤੋਂ ਰਿਟਰਨ ਆਏ ਨੇ, ਫੋਰਨ ਰਿਟਰਨਸ ਜਿਹੜੇ ਆਏ ਨੇ, ਉਹਨਾਂ ਨੂੰ ਸਾਰਿਆਂ ਦੀ ਚੈਕਿੰਗ ਕੀਤੀ ਕਿ ਸਾਰਿਆਂ ਨੂੰ ਅਸੀਂ ਕੁਆਰੰਟਾਈਨ ਕੀਤਾ, ਸਾਰਿਆਂ ਦੇ ਘਰਾਂ ਦੀ ਅਸੀਂ ਕੁਆਰੰਟਾਈਨ ਕੀਤਾ ਹੈ, ਅਸੀਂ ਖੁਦ ਗਏ ਨੇ, ਅਸੀਂ ਉਹਨਾਂ ਦੇ ਘਰਾਂ ਦੇ ਬਾਹਰ ਸਟਿੱਕਰ ਸਭ ਦੇ ਲੱਗੇ ਹੋਏ ਨੇ। ਇਹ ਜਿਹੜਾ ਕੇਸ ਆਇਆ ਇਹ ਬਾਹਰੋਂ ਦੀ ਕੋਈ ਆਇਆ, ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ, ਰਿਟਾਇਰਡ ਮੁਲਾਜ਼ਮ ਸੀ, ਅਤੇ ਉਹਦੇ ਆਇਆ ਹੈ, ਇਹ ਉਹਨੂੰ ਕੁਛ ਸੀਗਾ, ਉਹਦੀ ਇਮਿਊਨਿਟੀ ਵੀ ਡਾਊਨ ਸੀ ਕਹਿੰਦੇ, ਕਿ ਉਹ ਪਹਿਲੇ ਵੀ ਥੋੜ੍ਹਾ ਢਿੱਲਾ ਮੱਠਾ ਚੱਲਦਾ ਸੀ, ਅਤੇ ਉਹਦੀ ਆਵਾਜ਼ ਜੀ। ਕਿੰਨੇ ਕੁ ਸਾਲ ਦਾ ਇਹ ਮਰੀਜ਼ ਤੁਹਾਨੂੰ ਲੱਗ ਰਿਹਾ? ਕੀ 65 ਸਾਲ ਦਾ। ਜਿਸ ਤਰੀਕੇ ਨਾਲ ਲੋਕਾਂ ਦੇ ਅਸੀਂ ਦੂਜੀ ਗਲੀਆਂ 'ਚ ਪਤਾ ਲੱਗਿਆ ਕਿ ਲੋਕ ਅਜੇ ਵੀ ਬਾਹਰ ਬੈਠੇ ਨੇ, ਇਸ 'ਤੇ ਪੁਲਿਸ ਦੀ ਵੀ ਮੁਸਤੈਦੀ ਘੱਟ ਲੱਗਦੀ ਹੈ ਤੁਹਾਨੂੰ, ਕਿ ਪੁਲਿਸ ਵੀ ਜ਼ਿਆਦਾ ਨਹੀਂ ਉਹ ਕਰ ਸਕਦੀ ਜੀ? ਇੱਥੇ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਜੀ ਪੁਲਿਸ, ਸਰਕਾਰ ਵੱਲੋਂ ਪੂਰੀ ਪ੍ਰੋਪਰ ਪੁਲਿਸ ਲਗਾਈ ਗਈ ਹੈ, ਫੋਰਸ ਲੱਗੀ ਹੈ, ਸਾਰੇ ਅਫਸਰਾਂ ਵੱਲੋਂ ਪੂਰਾ ਧਿਆਨ ਦਿੱਤਾ ਜਾ ਰਿਹਾ, ਪਰ ਇੱਥੇ ਜੋ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਉਸ ਹਿਸਾਬ ਨਾਲ ਥੋੜ੍ਹੀ ਘੱਟ ਹੈ। ਜਿਹੜੇ ਲੋਕ ਹਲੇ ਵੀ ਇਸ ਚੀਜ਼ ਤੋਂ ਅਵੇਅਰਨੈਸ ਨਹੀਂ ਹਨ, ਜਾਂ ਕੋਈ ਲੋਕਾਂ ਨੂੰ ਇਹ ਲੱਗਦਾ ਕਿ ਮੈਨੂੰ ਨੋਰਮਲ ਬੁਖਾਰ ਹੈ ਜਾਂ ਨੋਰਮਲ ਖਾਂਸੀ ਹੈ, ਸਾਹ ਰੁਕਦਾ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਤੁਸੀਂ ਆਪਣੇ ਪਿੰਡਾਂ ਵਿੱਚ, ਆਪਣੇ ਸ਼ਹਿਰਾਂ ਵਿੱਚ ਇੱਕ ਡਾਕਟਰੀ ਇਲਾਜ ਕਰਾਉਣ ਵਾਸਤੇ ਬਾਹਰ ਆਓ? ਨਹੀਂ, ਅਜੇ ਤਾਂ ਇਸ ਤਰ੍ਹਾਂ ਅਸੀਂ ਕਿਹਾ ਉਹਨਾਂ ਨੂੰ ਘਰੋਂ ਘਰ ਹੀ ਰਹੋ, ਕਿਸੇ ਨੂੰ ਥੋੜ੍ਹਾ ਬਹੁਤਾ ਦਿੱਕਤ ਆਉਂਦੀ ਹੈ ਅਤੇ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਉਹ ਆਪਣਾ ਮੈਡੀਕਲੀ ਜਿਹੜੀ ਹੈ ਟੈਲੀਫੋਨਿਕਲੀ ਮੈਡੀਕਲ ਟ੍ਰੀਟਮੈਂਟ ਲੈਣ, ਜੇ ਕਿਸੇ ਦੇ ਇਸ ਤਰ੍ਹਾਂ ਦੇ ਸਿੰਪਟਮਸ ਆਉਂਦੇ ਨੇ ਜਿਹੜੇ ਕੋਵਿਡ-19 ਦੇ ਸਿੰਪਟਮਸ ਨੇ, ਜੇ ਉਹ ਨੇ ਤਾਂ ਉਹ ਫਿਰ ਸਾਨੂੰ ਦੱਸੋ, SMO ਨੂੰ ਦੱਸੋ, ਜੋ ਅਸੀਂ ਨੰਬਰ ਫਲੈਸ਼ ਹੋਏ ਨੇ ਸਰਕਾਰ ਵੱਲੋਂ ਉਹਨਾਂ 'ਤੇ ਦੱਸਿਆ ਜਾਵੇ, ਤਾਂ ਜੋ ਉਸ ਤਰ੍ਹਾਂ ਦੀ ਹੈਲਪ ਜਿਹੜੀ ਹੈਲਪ ਡੈਸਕ ਟੀਮ ਹੈ ਉਹ ਉੱਥੇ ਉਹਨਾਂ ਨੂੰ ਪਹੁੰਚ ਕੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਜਿਸ ਤਰੀਕੇ ਨਾਲ ਪੰਜਾਬ 'ਚ ਵਾਰ ਵਾਰ ਕਰੋਨਾ ਦੇ ਮਰੀਜ਼ ਮਿਲਦੇ ਜਾ ਰਹੇ, ਜੇ ਨਵਾਂ ਸ਼ਹਿਰ 'ਚ ਗਿਣਤੀ ਵੱਧਦੀ ਜਾ ਰਹੀ ਹੈ, ਇੱਥੇ ਗਿਣਤੀ ਵੱਧ ਸਕਦੀ ਹੈ, ਕਿਉਂਕਿ ਇਹ ਇੱਕ ਠੱਲ ਪੈ ਸਕਦੀ ਇਸ ਬਿਮਾਰੀ ਨੂੰ, ਜਿਹੜੀ ਇਹ ਭਿਆਨਕ ਬਿਮਾਰੀ ਬਣ ਚੁੱਕੀ ਹੈ ਕਰੋਨਾ ਵਾਇਰਸ? ਦੇਖੋ, ਪਰਮਾਤਮਾ ਵੱਲੋਂ ਇੱਥੇ ਮਿਹਰ ਰਹੇ, ਬਾਕੀ ਸਾਡੇ ਵੱਲੋਂ ਜੋ ਵੀ ਇਹ ਪ੍ਰੀਕੋਸ਼ਨ ਲਿੱਤੀ ਜਾਣੀ ਚਾਹੀਦੀ ਹੈ ਉਹ ਲੈ ਰਹੇ ਹਾਂ, ਪੁਲਿਸ ਵੱਲੋਂ ਵੀ ਇਹਨਾਂ ਸਖਤੀ ਕੀਤੀ ਜਾ ਰਹੀ ਹੈ, ਹੁਣ ਬਹੁਤ ਸਖਤੀ ਹੋ ਗਈ ਹੈ, ਜੋ ਗਵਰਨਮੈਂਟ ਅਤੇ ਗੌਰਮੈਂਟ ਸ਼ਖਸਾਂ ਜੋ ਆ ਰਹੀਆਂ ਨੇ ਉਹਦੇ ਮੁਤਾਬਕ ਪੂਰੀ ਫੋਲੋ ਕੀਤਾ ਜਾਵੇ। ਤੁਸੀਂ ਦੇਖ ਸਕਦੇ ਹੋ SDM ਖਰੜ ਤੋਂ ਮੌਕੇ 'ਤੇ ਪਹੁੰਚੇ ਹਨ, ਉਹਨਾਂ ਤੋਂ ਪੁੱਛਦੇ ਹਾਂ ਕਿ ਜਿਹੜਾ ਇਹ ਮਰੀਜ਼ ਮਿਲਿਆ ਕਰੋਨਾ ਵਾਇਰਸ ਦਾ ਪੋਜ਼ਿਟਿਵ ਮਰੀਜ਼ ਪਾਇਆ ਗਿਆ, ਕਿ ਕਿਸ ਤਰੀਕੇ ਨਾਲ ਹੋਰ ਟੀਮਾਂ ਹੁਣ ਇੱਥੇ ਆ ਕੇ ਜਿਹੜੇ ਉਹਨਾਂ ਦੇ ਘਰ ਦੇ ਮੈਂਬਰ ਉਹਨਾਂ ਦੇ ਟੈਸਟ ਵਗੈਰਾ ਤੈਨੂੰ ਸੈਂਪਲ ਵਗੈਰਾ ਲੈ ਰਹੇ? ਬਿਲਕੁਲ, ਸਾਡੀ ਮੈਡੀਕਲ ਦੀ ਟੀਮ ਸਾਰੀ ਉੱਥੇ ਹੀ ਹੈ, SMO ਸਾਹਿਬ ਵੀ ਉੱਥੇ ਨੇ, DMC ਵੀ ਉੱਥੇ ਨੇ, ਔਰ SMO ਸਾਹਿਬ ਵੀ ਉੱਥੇ ਨੇ, ਐਂਡ ਦੇ ਆਰ ਟਰੈਕਿੰਗ ਦੀ ਮੂਵਮੈਂਟ ਆਫ ਦੀ ਪਰਸਨ, ਐਂਡ ਉਸ ਸਾਰੀ ਹਿਸਟਰੀ ਵਗੈਰਾ ਲੈ ਰਹੇ ਨੇ, ਔਰ ਉਹਨੂੰ ਪੂਰਾ ਲੁੱਕਆਊਟ ਤੁਸੀਂ ਕੀਤਾ, ਸਾਰਾ ਬੋਰਡਰ ਦੇ ਘਰ ਦੇ ਆਲੇ ਦੁਆਲੇ ਸਾਰਾ ਸੀਲ ਹੋ ਚੁੱਕਿਆ, ਤਾਂ ਵੀ ਆਰ ਟੇਕਿੰਗ ਐਡੀਕੁਏਟ ਪ੍ਰੀਕੋਸ਼ਨ, ਜੋ ਗਵਰਨਮੈਂਟ ਨੇ ਗਾਈਡਲਾਈਨਸ ਜਿੰਨੇ ਵੀ ਹਦਾਇਤਾਂ ਇਸ਼ੂ ਕੀਤੀ ਹੋਈ ਹੈ ਅਸੀਂ ਸਾਰੇ ਉਹਦੇ ਹਿਸਾਬ ਨਾਲ ਹੀ ਕੰਮ ਕਰ ਰਹੇ ਹਾਂ। ਤੁਹਾਨੂੰ ਲੱਗਦਾ ਕਿ ਲੋਕਾਂ 'ਚ ਹਲੇ ਵੀ ਅਵੇਅਰਨੈਸ ਦੀ ਕਮੀ ਹੈ ਕਿ ਜਿਸ ਤਰੀਕੇ ਨਾਲ ਇਹ ਮਰੀਜ਼ ਮਿਲਿਆ ਹੈ ਪੋਜ਼ਿਟਿਵ ਇੰਨੀ ਪਬਲਿਕ ਏਰੀਏ 'ਚ, ਤੁਹਾਨੂੰ ਲੱਗਦਾ ਕਿ ਲੋਕਾਂ 'ਚ ਹਲੇ ਵੀ ਅਵੇਅਰਨੈਸ ਦੀ ਕਮੀ ਹੈ? ਲੋਕਾਂ ਦੇ ਵਿੱਚ ਅਵੇਅਰਨੈਸ ਹੈਗੀ ਹੈ, ਲੇਕਿਨ ਫਿਰ ਵੀ ਲੋਕ ਇਹਨੂੰ ਲਾਈਟਲੀ ਲੈ ਰਹੇ ਹਨ, ਬਿਕੋਜ਼ ਕਿਉਂਕਿ ਇਨਵਿਜ਼ੀਬਲ ਹੈਗਾ, ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਕੋਲ, ਮਤਲਬ ਇਹ ਲੋਕਾਂ ਨੂੰ ਲੱਗਦਾ ਵੀ ਸਾਨੂੰ ਨਹੀਂ ਹੋ ਸਕਦਾ, ਸਾਡੀ ਇਮਿਊਨਿਟੀ ਬੜੀ ਸਟਰੋਂਗ ਹੈਗੀ ਹੈ, ਲੇਕਿਨ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਆਪਣੇ ਘਰੇ ਰਹੋ ਔਰ ਸੁਰੱਖਿਅਤ ਰਹੋ। ਕਿੰਨੇ ਕੁ ਮਰੀਜ਼ਾਂ ਦੀ ਸ਼ੰਕਾ ਹੋ ਸਕਦੀ ਹੈ ਕਿ ਜਿਹੜੇ ਇਹਨਾਂ ਦੇ ਸਰਕਲ 'ਚ ਆਉਣਗੇ ਕਿ ਹਾਂ ਜਿਹੜੇ ਪੋਜ਼ਿਟਿਵ ਰਿਪੋਰਟ ਆ ਸਕਦੀ ਹੈ? ਹਲੇ ਕੁਛ ਵੀ ਨਹੀਂ ਕਿਹਾ ਜਾ ਸਕਦਾ, ਹਲੇ ਤੋਂ ਇੱਕੋ ਹੀ ਪੋਜ਼ਿਟਿਵ ਆਇਆ, ਜਦੋਂ ਵੀ ਸਾਨੂੰ ਕੋਈ ਹੋਰ ਰਿਪੋਰਟ ਮੈਡੀਕਲ ਟੀਮ ਵੱਲੋਂ ਆਏਗੀ ਅਸੀਂ ਤੁਹਾਨੂੰ ਦੇ ਦਾਂਗੇ। ਇੱਥੇ ਜਨਤਾ ਨੂੰ ਕਿਆ ਅਪੀਲ ਕਰਨਾ ਚਾਹੁੰਦੇ ਤੁਸੀਂ? ਜਨਤਾ ਨੂੰ ਇਹੀ ਅਪੀਲ ਹੈ ਵੀ ਤੁਸੀਂ ਆਪਣੇ ਘਰਾਂ 'ਚ ਰਹੋ, ਇਹ ਕੋਈ ਮਤਲਬ ਸਰਕਾਰ ਨੇ ਜਿਹੜੀ ਵੀ ਹਦਾਇਤਾਂ ਦਿੱਤੀਆਂ ਕੁਛ ਸੋਚ ਸਮਝ ਕੇ ਦਿੱਤੀ ਹੈ, ਪਲੀਜ਼ ਇਹਨੂੰ ਥੋੜ੍ਹੀ ਤੁਸੀਂ ਸੀਰੀਅਸਲੀ ਲਓ ਅਤੇ ਆਪਣੇ ਬੱਚਿਆਂ ਨੂੰ ਵੀ ਸੇਫ ਰੱਖੋ, ਆਪਣੇ ਮਾਪਿਆਂ ਨੂੰ ਵੀ ਸੇਫ ਰੱਖੋ, ਤੁਸੀਂ ਵੀ ਆਪਣੇ ਘਰੇ ਰਹੋ। ਜਿਹੜੇ ਨਜ਼ਦੀਕ ਦੇ ਥਾਣੇ ਨੇ ਜਿਵੇਂ ਮੁੱਲਾਂਪੁਰ, ਗਰੀਬਦਾਸ ਹੈ, ਖਰੜ ਹੈ, ਚਾਹੇ ਹੋਰ ਪਾਸੇ ਦੀਆਂ ਨਵਾਂ ਗਰਾਉਂਦ ਹੈ, ਉਹਨਾਂ ਨੂੰ ਸਖਤ ਹਦਾਇਤਾਂ ਦੇ ਚੁੱਕੇ ਹੋਏ ਇਸ ਬਾਰੇ ਕਿ ਹਾਂ ਪਿੰਡਾਂ ਜਿਵੇਂ ਲੋਕ ਅਵੇਅਰਨੈਸ ਘੱਟ ਹੈ, ਲੋਕ ਹਾਲੇ ਵੀ ਸੱਥਾਂ 'ਚ ਬੈਠੇ ਨੇ?
ਬਿਲਕੁਲ ਅਸੀਂ ਜਾ ਜਾ ਕੇ ਸਾਰਿਆਂ ਨੂੰ DSP ਸਾਹਿਬ ਨੂੰ ਸਾਰਿਆਂ ਨੂੰ ਅਸੀਂ ਬਿਲਕੁਲ ਸਖ਼ਤ ਹਦਾਇਤਾਂ ਸਾਰੇ ਮਹਿਕਮੇ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਉਹ ਬਿਲਕੁਲ ਹੁਣ 0 ਟੋਲਰੈਂਸ ਪੋਲਸੀ ਹੈ। ਜੇਕਰ ਵੀ ਬਿਨਾਂ ਕੋਈ ਮਤਲਬ ਦੇ ਬੰਦਾ ਇੱਧਰ ਉੱਧਰ ਤੁਰਿਆ ਫਿਰਦਾ ਤਾਂ ਉਹਨੂੰ ਅਸੀਂ ਬਿਲਕੁਲ ਵੀਲ ਟੇਕ ਲੀਗਲ ਐਕਸ਼ਨ ਅਗੇਂਸਟ ਹਿਮ। ਤੁਸੀਂ ਦੇਖ ਸਕਦੇ ਹੋ SDM ਖਰੜ ਤੋਂ ਮੌਕੇ 'ਤੇ ਪਹੁੰਚੇ ਨੇ, ਇਹਨਾਂ ਨੇ ਮੌਕਾ ਸੰਭਾਲਿਆ, ਮੌਕਾ ਦੇਖਿਆ ਕਿ ਕਿਸ ਤਰੀਕੇ ਨਾਲ ਇੱਥੇ ਮਰੀਜ਼ ਜੋ ਕਰੋਨਾ ਵਾਇਰਸ ਦਾ ਮਿਲਿਆ, ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਹੋਰ ਵੀ ਜਿਹੜੇ ਉਹਨਾਂ ਦੇ ਸਰਕਲ 'ਚ ਬੰਦੇ ਸੀ ਉਹਨਾਂ ਦੀਆਂ ਰਿਪੋਰਟਾਂ ਪੋਜ਼ਿਟਿਵ ਆ ਸਕਦੀਆਂ ਹਨ, ਪਰ ਹਜੇ ਡਾਕਟਰਾਂ ਦੀ ਟੀਮਾਂ ਸੈਂਪਲ ਭੇਜ ਚੁੱਕੀ ਹੈ PGI। ਰਿਪੋਰਟ ਆਉਣ ਤੋਂ ਬਾਅਦ ਦੱਸਾਂਗੇ ਕਿ ਅਸਲੀ ਰਿਪੋਰਟ ਕਿੰਨੇ ਮੈਂਬਰਾਂ ਦੀ ਇੱਥੇ ਪੋਜ਼ਿਟਿਵ ਆ ਰਹੀ ਹੈ।